ਦਰਅਸਲ ਪੰਜਾਬੀ ਦੀ ਇੱਕ ਅਖਾਣ ਵੀ ਹੈ ਕਿ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਗਾ, ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਕਹਾਵਤ ਵੀ ਸੱਚ ਹੋ ਗਈ ਹੈ, ਕੋਠੇ ਤੇ ਗਾਂ ਚੜ ਹੀ ਗਈ। ਵੀਡੀਓ ਪਿੰਡ ਵੜਿੰਗ ਤੋਂ ਸਾਹਮਣੇ ਆਈ ਹੈ। ਦਰਅਸਲ ਗਾਵਾਂ ਦੇ ਵਗ ਨਾਲ ਜਾ ਰਹੀ ਇਹ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੇ ਕੰਧ ਨਾਲ ਲੱਗੇ ਢੇਰ ਦੇ ਸਹਾਰੇ ਇੱਕ ਛੱਤ ਤੇ ਚੜ ਗਈ। ਫਿਰ ਇੱਕ ਛੱਤ ਤੋਂ ਦੂਜੀ ਛੱਤ ਤੇ ਇਸ ਗਾਂ ਨੇ ਖੂਬ ਹੁੜਦੁੰਗ ਮਚਾਇਆ ਅਤੇ ਇੱਕ ਵਾਰ ਤਾਂ ਇਹ ਡਿੱਗਦੀ ਡਿੱਗਦੀ ਵੀ ਬਚੀ। ਪਿੰਡ ਵਾਸੀਆਂ ਨੇ ਇਸ ਨੂੰ ਕਾਫੀ ਮੁਸ਼ਕਿਲ ਦੇ ਨਾਲ ਛੱਤ ਤੋਂ ਹੇਠਾਂ ਉਤਾਰਿਆ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਧੜਾ ਧੜ ਵਾਇਰਲ ਹੋ ਰਹੀ ਹੈ। ਘਰ ਦੀ ਛੱਤ ਤੇ ਚੜ ਗਈ ਗਾਂ, ਜਿਸ ਨੂੰ ਉਤਾਰਨ ਲਈ ਇੱਕ ਵਿਅਕਤੀ ਵੱਲੋਂ ਖੂਬ ਜੱਦੋ ਜਹਿਦ ਕੀਤੀ ਗਈ। ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਦਰਅਸਲ ਪੰਜਾਬੀ ਦੀ ਇੱਕ ਅਖਾਣ ਵੀ ਹੈ ਕਿ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਗਾ, ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਕਹਾਵਤ ਵੀ ਸੱਚ ਹੋ ਗਈ ਹੈ, ਕੋਠੇ ਤੇ ਗਾਂ ਚੜ ਹੀ ਗਈ। ਵੀਡੀਓ ਪਿੰਡ ਵੜਿੰਗ ਤੋਂ ਸਾਹਮਣੇ ਆਈ ਹੈ। ਦਰਅਸਲ ਗਾਵਾਂ ਦੇ ਵਗ ਨਾਲ ਜਾ ਰਹੀ ਇਹ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੇ ਕੰਧ ਨਾਲ ਲੱਗੇ ਢੇਰ ਦੇ ਸਹਾਰੇ ਇੱਕ ਛੱਤ ਤੇ ਚੜ ਗਈ। ਫਿਰ ਇੱਕ ਛੱਤ ਤੋਂ ਦੂਜੀ ਛੱਤ ਤੇ ਇਸ ਗਾਂ ਨੇ ਖੂਬ ਹੁੜਦੁੰਗ ਮਚਾਇਆ ਅਤੇ ਇੱਕ ਵਾਰ ਤਾਂ ਇਹ ਡਿੱਗਦੀ ਡਿੱਗਦੀ ਵੀ ਬਚੀ। ਪਿੰਡ ਵਾਸੀਆਂ ਨੇ ਇਸ ਨੂੰ ਕਾਫੀ ਮੁਸ਼ਕਿਲ ਦੇ ਨਾਲ ਛੱਤ ਤੋਂ ਹੇਠਾਂ ਉਤਾਰਿਆ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਧੜਾ ਧੜ ਵਾਇਰਲ ਹੋ ਰਹੀ ਹੈ। ਘਰ ਦੀ ਛੱਤ ਤੇ ਚੜ ਗਈ ਗਾਂ, ਜਿਸ ਨੂੰ ਉਤਾਰਨ ਲਈ ਇੱਕ ਵਿਅਕਤੀ ਵੱਲੋਂ ਖੂਬ ਜੱਦੋ ਜਹਿਦ ਕੀਤੀ ਗਈ। ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਦਰਅਸਲ ਪੰਜਾਬੀ ਦੀ ਇੱਕ ਅਖਾਣ ਵੀ ਹੈ ਕਿ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਗਾ, ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਕਹਾਵਤ ਵੀ ਸੱਚ ਹੋ ਗਈ ਹੈ, ਕੋਠੇ ਤੇ ਗਾਂ ਚੜ ਹੀ ਗਈ। ਵੀਡੀਓ ਪਿੰਡ ਵੜਿੰਗ ਤੋਂ ਸਾਹਮਣੇ ਆਈ ਹੈ। ਦਰਅਸਲ ਗਾਵਾਂ ਦੇ ਵਗ ਨਾਲ ਜਾ ਰਹੀ ਇਹ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੇ ਕੰਧ ਨਾਲ ਲੱਗੇ ਢੇਰ ਦੇ ਸਹਾਰੇ ਇੱਕ ਛੱਤ ਤੇ ਚੜ ਗਈ। ਫਿਰ ਇੱਕ ਛੱਤ ਤੋਂ ਦੂਜੀ ਛੱਤ ਤੇ ਇਸ ਗਾਂ ਨੇ ਖੂਬ ਹੁੜਦੁੰਗ ਮਚਾਇਆ ਅਤੇ ਇੱਕ ਵਾਰ ਤਾਂ ਇਹ ਡਿੱਗਦੀ ਡਿੱਗਦੀ ਵੀ ਬਚੀ। ਪਿੰਡ ਵਾਸੀਆਂ ਨੇ ਇਸ ਨੂੰ ਕਾਫੀ ਮੁਸ਼ਕਿਲ ਦੇ ਨਾਲ ਛੱਤ ਤੋਂ ਹੇਠਾਂ ਉਤਾਰਿਆ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਧੜਾ ਧੜ ਵਾਇਰਲ ਹੋ ਰਹੀ ਹੈ।